ਸਾਡੀ ਪੈਲੀ ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ ਖੇਤਾਂ ਚ ਬਗਾਨਾ ਕੋਈ ਪੈ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ ਇਸ ਵੇਲੇ ਜਿਹੜਾ ਤੀਸਰਾ ਬਿੱਲ ਵੀ ਰਾਜ ਸਭਾ ਦੇ ਵਿੱਚ ਪਾਸ ਹੋ ਚੁੱਕਾ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਇਸ ਬਿੱਲ ਨੂੰ ਜਿਹੜਾ ਹੁਣ ਭੇਜਿਆ ਜਾਵੇਗਾ ਵਿਰੋਧੀ ਧਿਰਾਂ ਦੀ ਗੈਰ ਹਾਜ਼ਰੀ ਵਿੱਚ ਵੀ ਕਿਸਾਨਾਂ ਦੇ ਇਸ ਬਿੱਲ ਨੂੰ ਫਿਰ ਪਾਸ ਤੇਰੀਆਂ ਕਦਾਤੇ ਦੇ ਨਾ ਹੋਣ ਨੀਤਾਂ ਕਾਲੀਆਂ ਪੰਜਾਲੀ ਵਾਲੇ ਹੱਥਾਂ ਚ ਨਾ ਆਉਣ ਸੰਤਾਲੀਆਂ ਜੇ ਸਾਡੀ ਪੈਲੀ ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨੀ ਅਸੀਂ ਵੱਟਾਂਗੇ।